नमस्कार, प्रोग्राम तारे आखते दे वेख रहे साढ़े सारे ही दर्शकों का बहुत बहुत स्वागत है। प्यारे दर्शकों, बुध 26 दिसंबर तो मकर राशि के विच प्रवेश कर चुका है, तो अज जड़ा है तनु राशि के विच प्रवेश करने तो बाद वक्री हो रहा, जड़ा कि 26 जनवरी तक वक्री रहेगा, फिर मार्गी होएगा। पूरी दुनिया के विच इस चीज़ को लेकर तूफान उठा हुआ है कि बुध जड़ा है ये वक्री होकर की करेगा, की प्रॉब्लम देगा। असी थानू जड़ा है ऑलरेडी असी वक् वक् राशियों के बारे दस चुके हैं, अज थानू असी दसते हैं तुला राशि के बारे। वक्री होने के नाल तुला राशि वाले जड़ा है परिवारिक सुख के विच कुछ कमी महसूस कर सकते हो, सो जीवन साथी नाल कुछ व्यापारिक मतभेद भी हो सकते हैं, माता पिता की सेहत के विच भी कुछ परेशानियां आ सकती हैं। सो परिवार के विच ते बाहर दोनों ही जगह तो वड्डे लोगों नाल विचारिक मतभेद हो सकता है, तो रोज़ दी जीवन के विच जिहड़ा वार्तालाप ते कार्य व्यवहार करते समय तुसीं सावधानी वरतनी है। सो तुला राशि वाले कुछ होर नोट करो कि तुहाडे जातकां दे लई बुध जिहड़ा है चौथे भाव दे विच जिद्दां वक्री हो रहा है, इसलिए फालतू के खर्चे पैदा हो सकते हैं, तुसीं घर दे जिन्ने भी समान ने उहदी हानि दी संभावना हो सकती है। सो वृश्चिक राशि बारे गल करते हैं, अपने लिए बुध जिहड़ा है तीजे भाव दे विच वक्री हो रहा है, इत्थे बुध दे वक्री होण दे नाल तुहाडे भैन भरावां दे विच विचारिक मतभेद पैदा होण दी संभावना बन सकती है, नाल किसी भी मित्र या उहदे नाल विवाद होने की या दूरी होने की संभावना हो सकती है। बुध दे वक्री होने के कारण जड़ा है भाग्य पक्ष भी कुछ कमजोर हो सकता है, इसलिए आर्थिक जोखिम बिल्कुल ना उठाइयो। यात्रावां फलदायक ना होकर कष्टदायक हो सकती हैं, आमदनी दे विच भी कुछ कमी हो सकती है, इस समय आलस भी तुहाडे उत्ते कुछ हावी रह सकता है, जे लंबे समय तो कोई बीमारी चल रही है तो इस समय उहदे विच सुधार जरूर आ सकता है। फिर गल करते हैं अज दे एपीसोड के आखिरी ਦੇ ਵਿੱਚ ਤਨੂ ਰਾਸ਼ੀ ਦੇ ਬਾਰੇ। ਤਨੂ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦਾ ਜਿਹੜਾ ਵਕਰੀ ਹੋਣਾ ਇਹ ਪਰਿਵਰਤਨ ਦੂਜੇ ਭਾਵ ਦੇ ਵਿੱਚ ਹੋ ਰਿਹਾ, ਇਸ ਲਈ ਇਸ ਦੇ ਪ੍ਰਭਾਵ ਦੇ ਨਾਲ ਤੁਹਾਨੂੰ ਫੈਸਲਾ ਲੈਣ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਪੇਸ਼ ਆਏਗੀ, ਤੁਹਾਡੀ ਜਿਹੜੀ ਬੋਲੀ ਮਾੜੀ ਹੋ ਸਕਦੀ ਹੈ, ਸੰਭਾਵ ਦੇ ਵਿੱਚ ਚਿੜਚਿੜਾਪਨ ਹੋ ਸਕਦਾ, ਬਹੁਤ ਜ਼ਿਆਦਾ ਗੁੱਸਾ ਕਰੋਗੇ ਤੁਸੀਂ, ਕੁਛ ਜਿਹੜਾ ਹੈ ਤਨ ਹਾਨੀ ਦੀ ਵੀ ਸੰਭਾਵਨਾ ਹੁੰਦੀ ਹੈ, ਅਤੇ ਨਾਲ ਦੀ ਨਾਲ ਜਿਹੜਾ ਹੈ ਆਮਦਨੀ ਦੇ ਵਿੱਚ ਅਚਾਨਕ ਕਮੀ ਹੋਣ ਦੀ ਸੰਭਾਵਨਾ ਜ਼ਿਆਦਾ ਹੋ ਸਕਦੀ ਹੈ, ਸਿਹਤ ਦੇ ਨਾਲ ਸੰਬੰਧਿਤ ਕੋਈ ਪਰੇਸ਼ਾਨੀਆਂ ਪੈਦਾ ਹੋ ਸਕਦੀਆਂ, ਵਿਸ਼ੇਸ਼ ਕਰਕੇ ਐਲਰਜੀ ਹੋ ਸਕਦੀ ਹੈ। ਸੋ ਵੈਸੇ ਇੱਕ ਗੱਲ ਅਸੀਂ ਤੁਹਾਨੂੰ ਸਪਸ਼ਟ ਰੂਪ 'ਚ ਦੱਸ ਦਈਏ ਕਿ ਇਹ ਪ੍ਰਭਾਵ ਜ਼ਿਆਦਾ ਉਦੋਂ ਹੋਏਗਾ ਜਦੋਂ ਵਰਤਮਾਨ ਦੇ ਵਿੱਚ ਤੁਸੀਂ ਬੁੱਧ ਦੀ ਦਿਸ਼ਾ ਦੇ ਵਿੱਚੋਂ ਗੁਜ਼ਰ ਰਹੇ ਹੋਵੋਗੇ, ਜ਼ਿਆਦਾ ਅਸਰ ਹੋਏਗਾ। ਸੋ ਹਲਦੀ ਦੇ ਬਾਰੇ ਗੱਲ ਕਰੀਏ, ਹਲਦੀ ਇੱਕ ਪ੍ਰਕਿਰਤਿਕ ਐਂਟੀਸੈਪਟਿਕ ਹੈ, ਐਂਟੀ ਜਿਹੜਾ ਐਂਪੀਮੈਟਰੀ ਅਤੇ ਨਾਲ ਹੀ ਐਂਟੀ ਬੈਕਟੀਰੀਅਲ ਏਜੰਟ ਹੈਗਾ, ਸੋ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਹਲਦੀ ਨੂੰ ਅਸੀਂ ਕੈਂਸਰ ਜਾਂ ਹਲਦੀ ਨੂੰ ਜ਼ਖਮਾਂ ਦੇ ਲਈ ਜਾਂ ਹਲਦੀ ਨੂੰ ਰੋਗਾਂ ਦੇ ਲਈ, ਪੇਟ ਦੀਆਂ ਬਿਮਾਰੀਆਂ ਲਈ, ਪੇਟ ਦੇ ਅਲਸਰ ਦੇ ਲਈ ਵੀ ਪ੍ਰੋਪਰਲੀ ਯੂਜ਼ ਕਰੀਏ ਤਾਂ ਬਹੁਤ ਵਧੀਆ ਹੋ ਸਕਦਾ। ਸੋ ਜਿਨ੍ਹਾਂ ਦਾ ਬੁੱਧ ਖਰਾਬ ਹੈ ਜਾਂ ਜਿਨ੍ਹਾਂ ਨੂੰ ਇਹ ਬਿਮਾਰੀਆਂ ਨੇ, ਉਹ ਤਾਂ ਅਵੱਸ਼ਯ ਰੂਪ ਦੇ ਵਿੱਚ ਸਾਡੇ ਕੋਲ ਟਾਈਮ ਲੈ ਕੇ ਆਪਣਾ ਟੇਵਾ ਚੈੱਕ ਕਰਾ ਲੈਣ ਤਾਂ ਕਿ ਕੋਈ ਪ੍ਰੋਬਲਮ ਨਾ ਰਹੇ। ਸੋ ਅੱਜ ਜਿਹੜਾ ਹੈਗਾ 14 ਤਰੀਕ ਨੂੰ ਸਾਡੇ ਆਫਿਸ ਹਵਨ ਹੋ ਰਿਹਾ ਮਕਰ ਸੰਕ੍ਰਾਂਤੀ ਦੇ ਉਪਲਕਸ਼ ਦੇ ਵਿੱਚ 2 ਤੋਂ 3 ਵਜੇ, ਜਿਨ੍ਹਾਂ ਨੇ ਹਜੇ ਵੀ ਬੁਕਿੰਗ ਨਹੀਂ ਕਰਾਈ ਫਟਾਫਟ ਫੋਨ 'ਤੇ ਟਾਈਮ ਲੈ ਕੇ ਸਾਡੇ ਕੋਲ ਬੁਕਿੰਗ ਕਰਾ ਸਕਦੇ ਹੋ, ਸਿਰਫ 300, 500 ਅਤੇ 1100 ਤਿੰਨ ਦਕਸ਼ਣਾਂ ਦੇ ਜਿਹੜੇ ਸਲੈਬਸ ਹੈਗੇ ਆ। ਸੋ ਇਹ ਸਾਰੀ ਜਾਣਕਾਰੀ ਤੁਸੀਂ ਸਾਡੇ ਅਖਬਾਰ ਵਾਇਸ ਆਫ ਏਸ਼ੀਅਨਸ ਦੇ ਵਿੱਚ ਵੀ ਪੜ੍ਹ ਸਕਦੇ ਹੋ, ਜਿਹਨੂੰ ਮੰਗਵਾਉਣ ਦੇ ਲਈ ਸਿਰਫ 150 ਰੁਪੀਜ਼ ਸਾਲ ਦੀ ਕੰਟਰੀਬਿਊਸ਼ਨ ਭੇਜ ਕੇ ਹਰ 15 ਦਿਨਾਂ ਬਾਅਦ ਅਖਬਾਰ ਜਿਹੜਾ ਤੁਹਾਡੇ ਘਰ ਡਾਕ ਰਾਹੀਂ ਪਹੁੰਚ ਸਕਦਾ ਹੈ। ਸੋ ਹੁਣ ਪਿਆਰੇ ਦਰਸ਼ਕੋ, ਤੁਹਾਨੂੰ ਅਸੀਂ ਦੱਸ ਦਈਏ ਕਿ ਜਿਹੜੇ ਲੋਕ ਵਟਸਐਪ 'ਤੇ ਸਾਡੇ ਨਾਲ ਐਡ ਹੋਣਾ ਚਾਹੁੰਦੇ ਆ ਤਾਂ ਕਿ ਸਾਡੇ ਯੂਟਿਊਬ ਦੇ ਪ੍ਰੋਗਰਾਮ ਦਾ ਲਿੰਕ ਤੁਹਾਡੇ ਤੱਕ ਪਹੁੰਚ ਸਕੇ, ਰੋਜ਼ ਤੁਸੀਂ ਟੀਵੀ ਪ੍ਰੋਗਰਾਮ ਵਟਸਐਪ 'ਤੇ ਦੇਖ ਸਕੋ ਅਤੇ ਬਹੁਤ ਸਾਰੀਆਂ ਇੰਪੋਰਟੈਂਟ ਇਨਫੋਰਮੇਸ਼ਨਸ ਲੈ ਸਕੋ, ਰਾਈਟ ਅਪ ਸਾਡੇ ਪੜ੍ਹ ਸਕੋ। ਸਾਡਾ ਨੰਬਰ 9872620533 ਹੈ, ਇਹਦੇ 'ਤੇ ਤੁਸੀਂ ਵਟਸਐਪ 'ਤੇ ਸਾਨੂੰ ਆਪਣਾ ਨਾਮ, ਕੰਟਰੀ ਨੇਮ ਅਤੇ ਸਿਟੀ ਨੇਮ ਭੇਜ ਦਿਓ, ਅਸੀਂ ਐਡ ਕਰਾਂਗੇ ਤੁਹਾਨੂੰ ਅਤੇ ਉਦੋਂ ਬਾਅਦ ਤੁਹਾਡੇ ਕੋਲ ਬਹੁਤ ਸਾਰੀ ਇਨਫੋਰਮੇਸ਼ਨਸ ਪਹੁੰਚੇਗੀ। ਜਿਹੜੇ ਲੋਕ ਸਾਡੇ ਨਾਲ ਫੇਸਬੁੱਕ 'ਤੇ ਅਟੈਚ ਹੋਣਾ ਚਾਹੁੰਦੇ ਆ, ਸਾਡੇ ਪੇਜ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਨੂੰ ਜ਼ਰੂਰ ਲਾਈਕ ਕਰਨ ਅਤੇ ਉੱਥੇ ਪਈ ਇਨਫੋਰਮੇਸ਼ਨ ਦਾ ਲਾਭ ਉਠਾਉਣ। ਯੂਟਿਊਬ 'ਤੇ ਸਾਡੀਆਂ 1020 ਤੋਂ ਜ਼ਿਆਦਾ ਵੀਡੀਓਜ਼ ਪਈਆਂ, ਉਹਨਾਂ ਨੂੰ ਜ਼ਰੂਰ ਦੇਖਿਓ, ਵੈਸੇ ਸਾਡੇ 4200 ਤੋਂ ਜ਼ਿਆਦਾ ਐਪੀਸੋਡ ਹੋ ਚੁੱਕੇ ਨੇ। ਸੋ ਹੁਣ ਅੱਜ ਦਾ ਰਾਸ਼ੀਫਲ ਜੀ ਦਾ ਵੱਧ ਤੋਂ ਵੱਧ ਤੁਹਾਨੂੰ ਇੰਤਜ਼ਾਰ ਰਹਿੰਦਾ ਹੈ। ਮੇਸ਼ ਰਾਸ਼ੀ ਵਾਲੇ ਅੱਜ ਵਿਦੇਸ਼ ਦੇ ਵਿੱਚ ਸੈਟਲਮੈਂਟ ਦੇ ਵਿੱਚ ਤੁਹਾਨੂੰ ਪ੍ਰੋਬਲਮ ਜ਼ਰੂਰ ਆਉਣਗੀਆਂ। ਵਰਿਸ਼ਠ ਰਾਸ਼ੀ ਵਾਲੇ ਜਾਤਕ ਜਿਹੜੇ ਨੇ ਦੂਰ ਦੁਰਾਡੇ ਤੋਂ ਚੰਗੇ ਸੁੱਖ ਸੁਨੇਹੇ ਆ ਸਕਦੇ। ਮਿਥੁਨ ਰਾਸ਼ੀ ਵਾਲੇ, ਫੋਨ ਦੀ ਪਹਿਲੀ ਘੰਟੀ ਕੋਈ ਮਾੜਾ ਸਮਾਚਾਰ ਸੁਣਾ ਸਕਦੀ ਹੈ, ਦਿਲ ਉਦਾਸ ਰਹਿ ਸਕਦਾ ਹੈ, ਇਸ ਲਈ ਹਰੀ ਸਬਜ਼ੀ ਦਾ ਜ਼ਰੂਰ ਦਾਨ ਕਰਿਓ। ਕਰਕ ਰਾਸ਼ੀ ਵਾਲੇ, ਲੰਬੇ ਸਮੇਂ ਤੋਂ ਚੱਲੀ ਆ ਰਹੀ ਟੈਨਸ਼ਨ ਤੋਂ ਅੱਜ ਮੁਕਤੀ ਮਿਲੇਗੀ। ਸਿੰਘ ਰਾਸ਼ੀ ਵਾਲੇ ਜਾਤਕ ਜਿਹੜੇ ਵੱਡੇ ਪੁਲਿਸ ਅਧਿਕਾਰੀਆਂ ਨਾਲ ਦੋਸਤੀ ਬਣੇਗੀ, ਆਉਣ ਵਾਲੇ ਟਾਈਮ 'ਚ ਫਾਇਦੇਮੰਦ ਹੋ ਸਕਦੀ ਹੈ। ਸੋ ਕੰਨਿਆ ਰਾਸ਼ੀ ਵਾਲੇ ਜਾਤਕ ਜਿਹੜੇ ਨੇ, ਅੱਜ ਦਾ ਦਿਨ ਜਿਹੜਾ ਨਾਮ ਮਾਨ ਸਨਮਾਨ ਬਹੁਤ ਜ਼ਿਆਦਾ ਮਿਲ ਸਕਦਾ ਹੈ। ਤੁਲਾ ਰਾਸ਼ੀ ਵਾਲੇ ਜਾਤਕ ਜਿਹੜੇ ਨੇ,
ਅੱਜ ਵਪਾਰ ਦੇ ਵਿੱਚ ਅੱਗੇ ਵਧਣ ਦੇ ਲਈ ਬਹੁਤ ਅੱਛੇ ਚਾਂਸਸ ਬਣਦੇ ਆ। ਵਰਸ਼ਿਕ ਰਾਸ਼ੀ ਵਾਲੇ, ਅੱਜ ਠੰਡ ਲੱਗ ਸਕਦੀ ਹੈ, ਕੋਸ਼ਿਸ਼ ਕਰੋ ਕਿ ਅੱਜ ਮੋਟੇ ਕੱਪੜੇ ਪਾ ਕੇ ਹੀ ਘਰੋਂ ਜਾਓ। ਤੁਹਾਨੂੰ ਰਾਸ਼ੀ ਵਾਲੇ ਜਾਤਕਾਂ ਦੇ ਲਈ ਧਨ ਉਧਾਰ ਦੇਣਾ ਅੱਜ ਬਹੁਤ ਖਤਰਨਾਕ ਹੋ ਸਕਦਾ ਹੈ, ਤੁਹਾਨੂੰ ਮਰ ਸਕਦਾ ਤੁਹਾਡਾ। ਮਕਰ ਰਾਸ਼ੀ ਵਾਲੇ, ਨਵਾਂ ਵਹੀਕਲ ਜਾਂ ਪ੍ਰਾਪਰਟੀ ਲੈਣ ਦੇ ਲਈ ਵਧੀਆ ਯੋਗ ਬਣ ਸਕਦਾ ਹੈ। ਕੁੰਭ ਰਾਸ਼ੀ ਵਾਲੇ ਜਾਤਕ ਜਿਹੜੇ ਨੇ, ਫਸਿਆ ਹੋਇਆ ਧਨ ਨਿਕਲ ਸਕਦਾ। ਅਤੇ ਮੀਨ ਰਾਸ਼ੀ ਵਾਲੇ, ਅੱਜ ਗੁਆਂਢੀਆਂ ਦੇ ਨਾਲ ਪ੍ਰੇਮ ਦੇ ਚਰਚੇ ਤੁਹਾਡੇ ਗਲੀ ਗਲੀ ਹੋ ਸਕਦੇ ਆ, ਬੀ ਵੈਰੀ ਕੇਅਰਫੁਲ। ਸੋ ਬਹੁਤ ਸਾਰੇ ਦਰਸ਼ਕ ਪੁੱਛਦੇ ਆ, ਸੁਖਮਿੰਦਰ ਜੀ ਅਸੀਂ ਆਪ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਟਾਈਮ ਲੈ ਸਕਦੇ ਹੋ, ਫਿਰ ਆ ਕੇ ਪੁੱਛ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਐਸਟ੍ਰੋਲੋਜਰ ਸੁਖਮਿੰਦਰ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 9417020533 ਅਤੇ ਵਟਸਐਪ ਨੰਬਰ 9872620533। ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਸਾ ਮਾਂ ਦਾ, ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੁੱਕੇ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ। ਗੁਰੂ ਜਨਾਂ ਦੇ ਦੱਸੇ ਰਸਤੇ 'ਤੇ ਚੱਲੋ, ਝੂਠ ਨਾ ਬੋਲੋ, ਗਾਲਾਂ ਨਾ ਕੱਢੋ, ਕਿਸੇ ਦਾ ਮਾੜਾ ਨਾ ਕਰੋ, ਤਕਦੀਰ ਬਹੁਤ ਵਧੀਆ ਹੋਜੂਗੀ। ਧੀਆਂ ਨੂੰ ਕੁੱਖਾਂ 'ਚ ਨਾ ਮਾਰਿਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਇਓ, ਨਸ਼ਿਆਂ ਤੋਂ ਪਰਹੇਜ਼ ਕਰਿਓ, ਦਸਵੰਧ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੀਓ, ਤੁਹਾਡੀ ਸਾਰੀ ਲਾਈਫ ਬਹੁਤ ਵਧੀਆ ਹੋਏਗੀ। ਕੱਲ੍ਹ ਫਿਰ ਮਿਲਾਂਗੇ, ਨਮਸਕਾਰ।